ਸ਼ੌਕ ਨਾਲ ਤਾੜੀ ਮਾਰੀ ਸੀ ਨਾ ਹੁਣ ਵੇਖ ਹਲਾ ਰਨ ਮਰੀਦਾ ਉਹਨੇ ਗੱਲ ਕੀਤੀ ਤੇ ਨਾ ਹੀ ਤੈਨੂੰ ਹਾਸੇ ਹੁਣ ਵੇਖ ਰਿਜ਼ਲਟ ਅੱਲਾ ਮੇਰੀ ਤੋਬਾ ਬਾਹਰ ਇੰਨੀਆਂ ਸੋਹਣੀਆਂ ਫੋਟੋਆਂ ਲਾਈਆਂ ਅੰਦਰ ਸਰਗੋਂ ਦੇ ਦੀਆਂ ਬੱਕਰੀਆਂ ਵਹਾਉਣ ਦੇ ਕਿੰਦਾ ਹੋ ਗਿਆ ਕਿੰਦਾ ਹੋ ਗਿਆ ਸੀ ਪੌਂਕਣ ਡੇ ਹਸਨ ਨੇ ਡੇ ਕੁੜੀ ਨੂੰ ਵੇਖ ਕੇ ਤਾੜੀਆਂ ਪਤਾ ਨਹੀਂ ਚੋਕਾਂ ਮਾਰ ਕੇ ਆਈ ਆ ਹੈਲੋ ਹਾਂਜੀ ਇੱਧਰ ਆਓ ਜਰਾ ਜੀ ਸੈਂਟਰ ਚ ਆਓ ਹਾਂਜੀ ਇਹ ਮੇਰੇ ਸੂਫੀ ਸਾਹਿਬ ਕੋਲ ਆਓ ਇਹ ਸੂਫੀ ਨੂੰ ਕੁਛ ਨਹੀਂ ਕਹਿਣਾ ਕੀ ਕਹਿਣਾ ਇਹਦੀ ਟੀਵੀ ਚ ਮਸ਼ਹੂਰੀ ਆਉਂਦੀ ਹੈ ਕਾਲੀ ਸੂਫੀ ਸੋਪ ਕਸੇ ਵੀ ਘੱਟ ਤੇ ਜਾਗੀ ਬਹੁਤੀ ਤੇ ਮੈਂ ਵੀ ਕਹਾਂ ਤੇਰੀ ਅੰਮੀ ਤਿੰਨ ਤਿੰਨ ਡੰਡੇ ਕਿਉਂ ਲਿਆਂਦੀ ਸੂਫੀ ਸੋਪ ਦੇ ਉਹ ਗੱਲ ਹੈ ਹਾਂ ਸੀਨ ਸੋਹਣੀਏ ਸੋਹਣੇ ਵਾਲ ਤੇਰੇ ਮੈਂ ਸੁਣਿਆ ਮੇਰੇ ਨਾਲ ਵੀ ਵੱਡੇ ਵੱਡੇ ਨੇ ਵਾਲ ਤੇਰੇ ਮੈਂ ਨਹੀਂ ਕਹਿੰਦਾ ਜਨਾਬ ਬਾਂਡੇ ਵਾਲਾ ਕਹਿੰਦਾ ਜਿਨੀ ਗਰੀਬ ਬੰਦਾ ਕੀ ਕਹਿ ਸਕਦਾ ਕਿਸੇ ਇਹ ਗੱਲ ਤੇ ਦੱਸੋ ਹਾਂਜੀ ਇਹ ਤੁਹਾਡੀ ਵੈਸ਼ ਹੀਰਾ ਮੰਡੀ ਨਹੀਂ ਤੇ ਤੁਹਾਡਾ ਮੂੰਹ ਕਿਉਂ ਇੰਜਦਾ ਆਇਓ ਉਹਨੂੰ ਪੁੱਛ ਤੇ ਲੈ ਆਈ ਕਿੱਧਰ ਏ ਪੁੱਛ ਲੈਂਦੇ ਆ ਤੂੰ ਲੈ ਕੇ ਅੱਛਾ ਬਿੱਲ ਜੀ ਹਾਏ ਕੀ ਇਹਦੇ ਤੇ ਹਾਏ ਕਰਨ ਡਿਆ ਥੁੜਿਆ ਕੀ ਕਰਨ ਡਿਆ ਤੂੰ ਬਸ ਕਰ ਦੇ ਇਹਦੇ ਤੇ ਹਾਏ ਨਿਕਲਣ ਨਹੀਂ ਉਹ ਤੇਰੇ ਵਰਗਾ ਬੰਦਾ ਭਗਵਾਨ ਦੀ ਕੈਲੰਡਰ ਦੇ ਕੋਲ ਅੱਧਾ ਘੰਟਾ ਖਲੋਤਾ ਰਹਿੰਦਾ ਇਹ ਸ਼ਰਾਬ ਨਾ ਨਿਮਕੋ ਸਮਝ ਹਲੇ ਬਹੁਤ ਕੁਛ ਪਿੱਛੇ ਜੇ ਬਿੱਲ ਜਮਾ ਕਰਾਉਣ ਜਾਓ ਨਾ ਸਾਰੇ ਬੰਦੇ ਲੈਣ 'ਚ ਲੱਗੇ ਹੁੰਦੇ ਇਹੋ ਜਿਹਾ ਬੰਦਾ ਉੱਥੇ ਵੀ ਦੇਣ 'ਚ ਲੱਗਾ ਹੁੰਦਾ ਮਸ਼ਵਰੇ ਆਹੋ ਐਵੇਂ ਨਾ ਤੈਨੂੰ ਕੱਲੇ ਨੂੰ ਮਜ਼ਾ ਆਣਾ ਤੇਰੇ ਕਬੂਤਰ ਹੋ ਜਾਂਦੇ ਵੈਸੇ ਹਾਂਜੀ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਾਂ ਪੁੱਛੋ ਅੱਗੇ ਉਧਰ ਅੱਗੇ ਪਿੱਛੇ ਕਿਉਂ ਜਾਂਦੇ ਖੈਰ ਅੱਗੇ ਪਾਣੀ ਲੱਗਾ ਹੈ ਨਹੀਂ ਹੈ ਨਹੀਂ ਪਾਣੀ ਨਹੀਂ ਲੱਗਾ ਤੂੰ ਆਪਣੀ ਸੁਣਾ ਜਿਹੜੀ ਸੁਣਾ ਰਿਹਾ ਇਹਨਾਂ ਨੂੰ ਮੈਂ ਆਪਣੇ ਸੁਣਾਵਾਂਗਾ ਜਿਹੜਾ ਸੁਣਾ ਆਪਣੇ ਨੂੰ ਤੇਰੇ ਵਰਗੀ ਕੁੜੀਆਂ ਸ਼ਕਰ ਗੱਲ ਹੁੰਦੀਆਂ ਉੱਥੇ ਹੀ ਬੋਲਦੀਆਂ ਇਹ ਬੋਬੋ ਭੂਣ ਲੜਦਾ ਲੜ ਕੇ ਘੁੰਮ ਘੁੰਮ ਕਰੇ ਕਰਦਾ ਯੂਰਪ ਦੇ ਹਸਪਤਾਲਾਂ 'ਚ ਜਾਓ ਨਾ ਹਾਂ ਇਹੋ ਜਿਹੀਆਂ ਨਰਸਾਂ ਹੁੰਦੀਆਂ ਗਲਤ ਟੀਕਾ ਲਾ ਕੇ ਮਰੀਜ਼ ਮਾਰ ਕੇ ਪਰਹਿਲੇ ਖਾਨਾਂ ਨੂੰ ਕਹਿ ਰਹੀਆਂ ਹੁੰਦੀਆਂ ਆਈ ਐਮ ਵੈਰੀ ਵੈਲ ਸੋਰੀ ਪੇਸ਼ੈਂਟ ਇਜ਼ ਦਾ ਡੈਡ ਅਗਲੇ ਦਾ ਪਿਓ ਮਰ ਗਿਆ ਸਾਲੀ ਮੈਂ ਕਿਹ ਸ਼ਦਾਦੀਏ ਹਾਂਜੀ ਇੱਕ ਗੱਲ ਦੱਸ ਜੀ ਇਹ ਬੜੇ ਵਾਲ ਖੁੱਲੇ ਛੱਡੇ ਹਾਂਜੀ ਕਿਸੇ ਮਲੰਗ ਨਾ ਫਸੀ ਆਹੋ ਸ਼ੇਹੂ ਪੂਰੇ ਦੇ ਮਲੰਗਾ ਕੋਲੋਂ ਬਚੀ ਕਿਉਂ ਦੋਰੀ ਕਿਸੇ ਦੀ ਡੰਡਾ ਕਿਸੇ ਦਾ ਰਗੜ ਕੋਈ ਹੁੰਦਾ ਰਗੜ ਤੇ ਕੋਈ ਜਾਂਦਾ ਨਾ ਤੇ ਇਹਨਾਂ ਦੀ ਇੰਜ ਰਗੜੀਆਂ ਜਿਵੇਂ ਤਰਹਾਨ ਲੱਕੜਾਂ ਨਹੀਂ ਰਗੜਦਾ ਤੁਹਾਡੀਆਂ ਅੱਖਾਂ ਬੜੀਆਂ ਸੋਹਣੀਆਂ ਮੇਰਾ ਦਿਲ ਕਰਦਾ ਵਿੱਚ ਛਾਲ ਮਾਰਦੇ ਆ ਅੱਛਾ ਜੀ ਪਰ ਮੈਂ ਛਾਲ ਨਹੀਂ ਮਾਰਨੀ ਕੱਲ ਵੀ ਮੈਂ ਛਾਲ ਮਾਰੀ ਮੇਰਾ ਕੱਚਾ ਵਿੱਚ ਰਹਿ ਗਿਆ ਸੀ ਮੈਂ ਨਹੀਂ ਕਹਿੰਦਾ ਜਨਾਬ ਸ਼ਾਇਰ ਕਹਿੰਦਾ ਆਂਡਿਆਂ ਵਾਲਾ ਅੱਛਾ ਭਾਈ ਦਾ ਆਪ ਇਧਰ ਵੈਸੇ ਕਿਆ ਲੈਣੇ ਆਏ ਨੇ ਬਾਤ ਕਰੇ ਮੇਰੇ ਸਾਥ ਮੈਂ ਇਧਰ ਕਿਸੇ ਸੇ ਮਿਲਨੇ ਆਏ ਹਾਂ ਕਿਸੇ ਸੇ ਕਿਸ ਸੇ ਮਿਲਨੇ ਆਈ ਆਪ ਭਾਈ ਦਾ ਵੇ ਕਿਹਦੀ ਲਿਖੀ ਤੇਰੇ ਤੋਂ ਤੂੰ ਕਿਹਦਾ ਬੇੜਾ ਗਰਕ ਕਰਨਾ ਮੈਨੂੰ ਉਹ ਬੰਦਾ ਮੈਨੂੰ ਉਹ ਬੰਦਾ ਵਹਾ ਜਿਹੜਾ ਤੇਰੇ ਤੇ ਮਰਿਆ ਉਹ ਤੇਰਾ ਤੇ ਮੂੰਹ ਹੀ ਗਲੀ ਦੀ ਨੁੱਕਰ ਵਰਗਾ ਇਹੋ ਜਿਹੀ ਕੁੜੀ ਝੰਡਾ ਵੇਖ ਕੇ ਕਹਿ ਨਹੀਂ ਹੁੰਦੀ ਕੀ ਝੰਡਾ ਲੱਗਾ ਹੋਵੇ ਨਾ ਕਿਤੇ ਛੱਤ ਤੇ ਆਹੋ ਜਿਹੀ ਕੁੜੀ ਉਹਨੂੰ ਵੇਖ ਕੇ ਕਹਿ ਨਹੀਂ ਹੁੰਦੀ ਝੰਡਾ ਨਾ ਹੁੰਦਾ ਤੇ ਡੰਡਾ ਬੜਾ ਡੈਡ ਸੀ ਹੈਪੀ ਆਊਟ ਜਨਾਬ ਕਸ਼ਮੀਰ ਦੇ ਇੱਕ ਸ਼ੇਰ ਕਹਿਣਾ ਚਾਹ ਰਿਹਾ ਸਾਂ ਕਹੋ ਜੀ ਕਹੋ ਸਾਡੇ ਕਸ਼ਮੀਰੀ ਭਰਾਵਾਂ ਤੇ ਜ਼ੁਲਮ ਹੋ ਰਿਹਾ ਤੇ ਸ਼ਾਇਰ ਕਹਿੰਦਾ ਕਰਫਿਊ ਲਗਾ ਕਰ ਮੁਝੇ ਹਰਾ ਨਹੀਂ ਸਕਤਾ ਕਾਫਿਰ ਇੱਧਰ ਵੇਖ ਲਓ ਮੈਂ ਕਿ ਨਿਕਲ ਜਾਵਾਂ ਸ਼ਾਇਰ ਕਹਿੰਦਾ ਕਰਫਿਊ ਲਗਾ ਕਰ ਮੁਝੇ ਹਰਾ ਨਹੀਂ ਸਕਤਾ ਕਾਫਿਰ ਮੁਸਲਮਾਨ ਮੂੰਹ ਡਟ ਜਾਊਂਗਾ ਹੁਸੈਨ ਕੇ ਇਨਕਾਰ ਕੀ ਤਰ੍ਹਾਂ ਤੇਰੇ ਕੁਝ ਨਾ ਸੀ ਲੱਗਦੇ ਤਾਈ ਪਾਰੂ ਸਾਨੂੰ ਯਾਰ ਛੁੜਿੰਦੇ ਪਏ ਹੋ ਤੇਰੇ ਬੇਲੀ ਹੈ ਅਸਾਂ ਬਚਪਨ ਦੇ ਅੱਜ ਯਾਦ ਦਿਵੇਂਦੇ ਪਏ ਹੋ ਕਰ ਵਕਤ ਤੂੰ ਯਾਦ ਲਾਹੌਰ ਵਾਲਾ ਖਤ ਲਿਖ ਲਿਖ ਦਿੰਦੇ ਰਹੇ ਹੋ ਉਹ ਤੁਹਾਡੀ ਸੰਗਤ ਸ਼ਰਾਬ ਨੂੰ ਨਹੀਂ ਭੁੱਲਣੀ ਜਿਹੜੇ ਕੌਲ ਨਿਭੇਂਦੇ ਪਏ ਹੋ ਤੂੰ ਇੱਥੇ ਅਸਲਾਮੁਅਲੈਕੁਮ ਪਿਆਰੇ ਪਾਕਿਸਤਾਨੀ
ਸਾਰੇ ਮਾਸ਼ਾਅੱਲਾ ਪੜ੍ਹੇ ਲਿਖੇ ਲੋਕ ਬੈਠੇ ਨੇ ਤੇ ਸ਼ਾਇਰ ਕਹਿੰਦਾ ਨਾ ਕਰ ਤੂੰ ਮਾਨ ਵਫਾਵਾਂ ਦਾ ਨਾ ਕਰ ਤੂੰ ਨਾਜ਼ ਅਦਾਵਾਂ ਦਾ ਤੇਰੀ ਜ਼ਿੰਦਗੀ ਸੁੱਕੀ ਮਿੱਟੀ ਏ ਬਸ ਕਰ ਤੂੰ ਖੋਫ ਹਵਾਵਾਂ ਦਾ ਜੇ ਚਾਹਨਾ ਜੰਨਤ ਲੱਭ ਜਾਵੇ ਕਦੀ ਦਿਲ ਨਾ ਤੋੜੀ ਮਾਵਾਂ ਦਾ ਜੇ ਡਰਨਾ ਹੀ ਉਸ ਰੱਬ ਕੋਲੋਂ ਡਰ ਜਿਹੜਾ ਮਾਲਕ ਤੇਰੀਆਂ ਸਾਵਾਂ ਦਾ ਮਾਰ ਦੋ ਤਾੜੀਆਂ ਕੇ ਫੋਤ ਕੀਤੇ ਆਏ ਜੀ ਅੱਜ ਜੇ ਗਰੀਬ ਬੰਦਾ ਤੁਹਾਡੇ ਘਰ ਆਂਡੇ ਵੇਚਣ ਹੀ ਆ ਗਿਆ ਇਹ ਮੂੰਹ ਤੇ ਕਾਰਗਲ ਦੀ ਜੰਗ ਤੋਂ ਬਾਅਦ ਬੰਦ ਹੋ ਗਏ ਸੀ ਤੂੰ ਇਹ ਮੂੰਹ ਕਿੱਥੋਂ ਲੈ ਲਿਆ ਬਸ ਸਸਤਾ ਲੱਭ ਗਿਆ ਸੀ ਮੈਂ ਦੋ ਲੈਂਦੇ ਤੇਰਾ ਪਿੱਛੇ ਪਿਆ ਇੱਕ ਅੱਗੇ ਪਿਆ ਤੇਰਾ ਮੂੰਹ ਭਲਾ ਕਹਿੰਜੇ ਕਹਿੰਜੇ ਉਹ ਗੰਦ ਨੇ ਲਿਖਿਆ ਹੁੰਦਾ ਵਾ ਮੂੰਹ ਇਧਰ ਵਾਲੇ ਪਾਸੇ ਮੇਰੀਆਂ ਵੀ ਭਲਾਤੀਆਂ ਸਾਲਿਓ ਤੇਰਾ ਮੂੰਹ ਭਲਾ ਕਹਿੰਜੇ ਕਹਿੰਜੇ ਗਰੀਬ ਬੰਦੇ ਦੀ ਮਜਬੂਰੀ ਲਗਾ ਤੇਰਾ ਮੂੰਹ ਫਾਸਟ ਐਂਡ ਫਿਊਰੀਅਸ ਖੋਤੇ ਲਗਾ ਤੇਰਾ ਮੂੰਹ ਲੁੱਡੋ ਦੇ ਦਾਣੇ ਜੂਜ ਮਜੂਜ ਦੇ ਸਾਲੇ ਵਿਚਣ ਨਿਵਿੰਦਰ ਸਿੰਘ ਮੋਦੀ ਦੀ ਬੇਵਾ ਭੈਣ ਦੇ ਬੇਟੇ ਅੱਛਾ ਹੋਰ ਸੁਣਾ ਕੀ ਹਾਲ ਹੈ ਤੇਰਾ ਇਹ ਐਡਾ ਪਾਗਲ ਹੀ ਮਹੱਲੇ ਦੀ ਕਿਸੇ ਮਸ਼ੀਨ ਚ ਮੰਜਾ ਨਾ ਲੱਭਿਆ ਕੇ ਜਨਾ ਦਾ ਬਿਲੀਅਰਡ ਤੇ ਪਾ ਲਿਆ ਸਾਰੇ ਗਿਆਨ ਕਲਮਾ ਸ਼ਹਾਦਤ ਇਕੱਲਾ ਹੀ ਗਈ ਜਾਵੇ ਸੈਂਟਰ ਪਾਕਟ ਜ਼ਿੰਦਾਬਾਦ ਏਡਾ ਪਾਗਲ ਹੈ ਡੇਲੀ ਪੰਜੇ ਖਾਂਦਾ ਡੇਲੀ ਪੰਜੇ ਪਕਾ ਜਾਂਦੇ ਇੱਕ ਦਿਨ ਨਾ ਪਤੀਲੀ ਵਿੱਚੋਂ ਪੰਜੇ ਨਿਕਲ ਨਿਕਲ ਕੇ ਲਾਉਂਦਾ ਪਾਉਣ ਦਸ ਰੁਪਏ ਦੇ ਬੇਲ ਲੈ ਖਾ ਕੇ ਰੇੜੀ ਵਾਲੇ ਨਾਲ ਲੜ ਪਿਆ ਮੇਰਾ ਸੰਗ ਘੁੱਟ ਦਿੰਦੇ ਉਹ ਕਹਿੰਦਾ ਹੋਰ ਸਾਲ ਹੈ ਤੇਰੀਆਂ ਲੱਤਾਂ ਘੁੱਟਣ ਕੁੱਤੀ ਸੂਈ ਤੇ ਮਿਠਾਈਆਂ ਵੰਡਦਾ ਫਿਰੇ ਮੈਂ ਕਿਹਾ ਕੀ ਕਹਿੰਦਾ ਇਕੱਲਾ ਗਾਣਾ ਸਾਲਾਂ ਨੇ ਅੱਠ ਨੌ ਭੈਣ ਭਰਾ ਦੇ ਅੱਡੇ ਤੇ ਚਲਾ ਗਿਆ ਗਲਾਸ ਲੈਣਾ ਪੰਜ ਦਾ ਦਸ ਰੁਪਏ ਦਾ ਕਹਿੰਦਾ ਭਾਈ ਜੀ ਵਿੱਚ ਮੱਛਰ ਆ ਕਹਿੰਦਾ ਮੱਛਰ ਹੀ ਨਿਕਲਣਾ ਤੇਰੇ ਵਾਸਤੇ ਇਹ ਕਾਟੂ ਖਾਈ ਨਿਕਲਾਂਗੇ ਵਿੱਚੋਂ ਆਂਡੇ ਸਾਈਡ ਤੇ ਜਨਾਬ ਮਰੂਦ ਖਾ ਰਿਆ ਤੇ ਵਿੱਚੋਂ ਕੀੜਾ ਨਿਕਲਿਆ ਤੇ ਉਹਨੂੰ ਕਹੀ ਯਾਰ ਅੱਜ ਮੇੜੇ ਵਾਲਾ ਕੀੜਾ ਇੱਥੇ ਪੇ ਡੰਡਿਆ ਏਡਾ ਪਾਗਲ ਹੈ ਡੇਲੀ ਪੰਜੇ ਕਹਿੰਦਾ ਡੇਲੀ ਪੰਜੇ ਕਹਿੰਦਾ ਇਹਨੇ ਕਿੱਥੋਂ ਚੋਰੀ ਬਾਹਰ ਆ ਗਈ ਤੇਰੀ ਹੋ ਗਈ ਆ ਚੱਲ ਇਹ ਪਹਿਲੇ ਐਸਐਚਓ ਸੀ ਮੁਅੱਤਲ ਹੋ ਗਿਆ ਸਾਲੇ ਨੇ ਥਾਣੇ ਦੀ ਗੱਡੀ ਉੱਪਰ ਤੇ ਪਾਤੀ ਕਰੋ ਬਸ ਇਸਤਰੀ ਖਰਾਬ ਹੋਈ ਤੇ ਮਕੈਨਿਕ ਕੋਲ ਲੈ ਗਿਆ ਉਹਨੇ ਕਿ ਸ਼ਾਟ ਮਾਰਦੀ ਕਹਿੰਦਾ ਨਹੀਂ ਜੀ ਸਿੰਗਲਾ ਡਬਰਾ ਕਰਦੀ ਆ ਆਪਣਾ ਮੂੰਹ ਵੇਖਿਆ ਹੀ ਵੇਖਿਆ ਜਿਵੇਂ ਲਾਂਦਾ ਪਈਆਂ ਹੁੰਦੀਆਂ ਪਈਆਂ ਹੁੰਦੀਆਂ ਇਹਦਾ ਮੂੰਹ ਪਤਾ ਕਿ ਹਾਂਜੀ ਕਹਿੰਦੇ ਜਿਹੜਾ ਦੋ ਸਭਿਆਂ ਲਈ ਕਾਫੀ ਹੈ ਜਾਓ ਦਿਮਾਗ ਨਾ ਖਾਓ ਨੌਕਰ ਨੂੰ ਆਉਣ ਦਿਓ ਬਾਹਰ ਕਰੋ ਵੇ ਆ ਜਾ ਆਪਣੀਆਂ ਵੀ ਖਰਾਬ ਕਰ ਦੇ ਮੇਰੀਆਂ ਵੀ ਖਰਾਬ ਕਰ ਅਸਲਾਮ ਵਾਲੇਕੁਮ ਜੀ ਬੱਬਰ ਸ਼ੇਰ ਜਿਉਂਦੇ ਰਹੋ ਤੁਹਾਡੇ ਪਿਆਰ ਦੀ ਖਾਤਰ ਫੇਰ ਆ ਗਏ ਹੈ ਤੈਨੂੰ ਬਹੁਤ ਗੁੱਸਾ ਮੇਰੇ ਤੇ ਹਾਂਜੀ ਸਾਹਿਬ ਜੀ ਅੱਜ ਤੇਰੀ ਖਾਹਿਸ਼ ਪੂਰੀ ਹੋਏਗੀ ਕੀ ਸਾਹਿਬ ਜੀ ਕੋਈ ਗੰਦੀ ਜੀ ਗੱਲ ਸੋਚ ਗੰਦੀ ਗੱਲ ਆਹੋ ਗੰਦੀ ਤੋਂ ਗੰਦੀ ਸੋਚ ਹਾਂ ਉਸ ਤੋਂ ਵੀ ਗੰਦੀ ਸੋਚ ਉਸ ਤੋਂ ਵੀ ਗੰਦੀ ਆਹੋ ਹਾਂ ਉਹ ਇਹ ਤੋਂ ਅੰਨੀ ਦਿਆ ਤੂੰ ਸਾਡੇ ਪਿਓ ਨੂੰ ਬਰਕਰਾਰ ਨਾ
ਤੈਨੂੰ ਪਤਾ ਮੈਂ ਸਟੂਡੀਓ ਜਾਣਾ ਸ਼ੀਜ਼ਾ ਜੱਟ ਨਹੀਂ ਆਹੋ ਉਹਦੇ ਨਾਲ ਮੈਂ ਟਿਕਟੌਕ ਬਣਾ ਰਿਹਾ ਅੱਜ ਆਏ ਲੇਕਿਨ ਉਹ ਮੈਂ ਤਾਂ ਫੋਨ ਕਰਾਇਆ ਹੈ ਜੀ ਤਾਂ ਮੋਟਰਸਾਈਕਲ ਹੈ ਮੋਟਰਸਾਈਕਲ ਨਹੀਂ ਤੇ ਹੈਲਮਟ ਕੱਲ ਨਹੀਂ ਪਾਇਆ ਜੀ ਹਾਂ ਤੇ ਕੋ ਮੋਟਰਸਾਈਕਲ ਹੈ ਹਾਂ ਜੀ ਹੈ ਹਾਂ ਇਹ ਚਲਾਉਂਦਾ ਕਿਉਂ ਨਹੀਂ ਆ ਹੈਲੋ ਹਾਂ ਜੀ ਸ਼ੀਜ਼ਾ ਜੀ ਕਿੱਥੇ ਘਰ ਦੇ ਬਾਹਰ ਆ ਗਏ ਓ ਮਾਈ ਗੋਡ ਤੁਸੀਂ ਸਟੂਡੀਓ ਆਣਾ ਚਲੋ ਠੀਕ ਹੈ ਅੰਦਰ ਆ ਜਾਓ ਹਾਂ ਉਹ ਤੇ ਘਰ ਹੀ ਆ ਗਈ ਉਹਦੀ ਖਿਦਮਤ ਕੀ ਕਰਾਂਗੇ ਖਿਦਮਤ ਘਰ 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 ਕੀ ਪੱਕਾ ਦਾਲ 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 ਪੱਕੀ ਮੈਂ ਤੁਹਾਨੂੰ ਦੱਸਿਆ ਸੀ ਬੜੇ ਅਮੀਰ ਲੋਕ ਹੈਗੇ ਯਾਰ ਤੇ ਕੋਈ ਅਸੀ ਗੱਲ ਨਹੀਂ ਸਾਹਿਬ ਜੀ ਮੈਂ ਵੀ ਤੁਹਾਡਾ ਨਮਕ ਖਾਂਦਾ ਮੈਂ ਆਪਣੇ ਸਾਹਿਬ ਦੀ ਇੱਥੇ ਕੰਡ ਨਹੀਂ ਲੱਗਣ ਦੇਵਾਂਗਾ ਕਰੇਗਾ ਕੀ ਬਸ ਛੱਡ ਦਿਓ ਮੈਂ ਵੀ ਨੌਕਰ ਹਾਂ ਵੱਡੀਆਂ ਵੱਡੀਆਂ ਛੱਡਣੀਆਂ ਤੁਸੀਂ ਜਾਨੀ ਕਿ ਵੱਡੀਆਂ ਖੁਰਾਕਾਂ ਦੱਸੀਆਂ ਵੱਡੀਆਂ ਖੁਰਾਕਾਂ ਵੱਡੀਆਂ ਤੋਂ ਵੱਡੀਆਂ ਮੈਂ ਹਾਜ਼ਰ ਹਾਂ ਨਾ ਦੇਖ ਲਈ ਮੇਰੀ ਟਿੰਡ ਨਾ ਕਰਾ ਲਈ ਨਾ ਮਾਫੀ ਚਾਹਨਾ ਇਸ ਤੋਂ ਅੱਗੇ ਕੀ ਬਣਨਾ ਹੈ ਚਾਰ ਦਿਨ ਬਾਅਦ ਫੇਰ ਹੁੰਦੇ ਤੂੰ ਜਾ ਅੰਦਰ ਹਾਂਜੀ ਮੈਂ ਉਹਨੂੰ ਫੋਨ ਕਰਨਾ ਉਹਨੂੰ ਬੁਲਾਉਣਾ ਓਕੇ ਠੀਕ ਹੈ ਨਾ ਲਓ ਜੀ ਵੱਡੀਆਂ ਵੱਡੀਆਂ ਹਾਂ ਦਿਸ਼ਾ ਅਮੀਰ ਆਦਮੀ ਪੀਜ਼ੇ ਮਟਨ ਮਟਨ ਲੇਕਿਨ ਖਵਾਣੀ ਦਾਲ ਹੀ ਹੈ ਓਕੇ ਠੀਕ ਹੈ ਨਾ ਓਕੇ ਫੋਨ ਕਰੋ ਤੂੰ ਦੇਖ ਅੰਦਰ ਦਾਲ ਤੇ ਗਰਮ ਕਰ ਮੈਂ ਦੇਖ ਰਿਹਾ